कांग्रेस सरकार आई आई जिंदाबाद सरकार जिंदाबाद भेजा जिंदाबाद। हथ विच हथियार लई ललकरे मार दे कांग्रेस सरकार अते सुख सरकारिया जिंदाबाद दे नारेबाजी कर दे कांग्रेस सरकार आई आई जिंदाबाद सरकार जिंदाबाद भेजा जिंदाबाद। ए उस सियासी गुंडे ने जिन्ना फिर एक मजलूम परिवार तो उसकी रोजी रोटी जमीन खोण दा बहादुरी भरिया कारनामा कीता। गुरु हर साहिब विच जमीन ते कब्जे अते कतल विच इंसाफ दी लड़ाई अजे चाली रही है ते हुण ताजा मामला सामने आया है हलका राजा सांसी दे पिंड लोधी गुजर विच जिथे रशपाल सिंह पिछले कई दहाकियां तो अपनी 5 एकड़ जमीन ते वहाई कर रहा सी। बकायदा जमीन दी मलकियत दे कागजात भी रशपाल दे कोल ने पर सियासी गुंडागर्दी दे अगे वर्दी भी खामोश है अते दिन दिहाड़े उसकी जमीन ते कब्जा कर लिया गया। रशपाल दा इल्जाम है कि इलाके दे विधायक अते माल मंत्री सुखबिंदर सिंह सुख सरकारिया दी शह ते कुछ दिन पहला करीब 15 to 20 गुंडे आए परिवार नाल कुटमार कीती 2 ट्रैक्टर नाल 5 एकड़ जमीन दी वहाई कर दिती अते नारेबाजी करते हुए जमीन दे मालक बन बैठे। हटरा जी दो धक्का गोली उन्होंने अपना चाहिए ने और अपना महिंदर सिंह ने साढ़े तो फैल कढ़े जी कढ़ के सानू अंदर वाड़िया बहुत धक्के सही साढ़े नाल कीती है सर ਕਦਲੀ ਕੀਤੀ ਸਾਡੇ ਕੋਲ ਉਹ 5 ਕਿੱਲੇ ਜ਼ਮੀਨ ਉਹ ਵੀ ਖੋਣੀ ਚਾਹੁੰਦੇ ਸਾਡੇ ਕੋਲ ਛਿੱਟੇ ਸਾਡੇ ਕੋਲ ਹੀ ਗਰਦੌਰੀਆਂ ਸਾਡੇ ਕੋਲ 65 ਦੀਆਂ ਗਰਦੌਰੀਆਂ ਆਉਂਦੀਆਂ ਜੀ ਸਾਡੀਆਂ ਸਾਡਾ ਬਾਲ ਬੱਚਾ ਜਿਹੜਾ ਉੱਥੇ ਆਹ ਦੇਖੋ ਨਿੱਕੀ ਗੁੜੀਆ ਉਹ ਮੁੰਡਾ ਲੜਕਾ ਮੇਰਾ ਉਹ ਇਹ ਉੱਥੇ ਰਹਿੰਦੇ ਰਹੇ ਸਭ ਕੁਝ ਸਾਡੇ ਕੁੱਟਮਾਰ ਸਾਡੇ ਨਾਲ ਕਰਕੇ ਇਹਨਾਂ ਨੇ ਕਾਂਗਰਸੀਆਂ ਨੇ ਬਹੁਤ ਧੱਕੇ ਸਹੀ ਕੀਤੀ ਸਾਡੇ ਰਾਜ ਉਹਨਾਂ ਕੋਲ ਵਰਸੇ ਸੀ ਰਫਲਾ ਸੀ ਆਪਣਾ ਚੈਨੇ ਕੋ ਔਰ ਮਹਿੰਦਰ ਕੋ ਸ਼ਹਿ ਆਪਣਾ ਆਪਣਾ ਸੁੱਖ ਸਰਕਾਰ ਇਹ ਦੀ ਜੀ ਮਾਲ ਜਿਹੜਾ ਅਫਸਰ ਬਣਿਆ ਹੁਣ ਮੰਤਰੀ ਬਣਿਆ ਜੀ ਉਹ ਆਉਂਦੇ ਵੀ ਧੱਕੇ ਸਹੀ ਕਰ ਰਹੇ ਜੀ ਉਹ ਆਉਂਦੇ ਸ਼ਹਿ ਉਹਨਾਂ ਦੀ ਆ ਜੀ ਸਾਰੇ ਸਾਲੀ ਉਹਨਾਂ ਦੇ ਅਸੀਂ ਪੈਲੀ ਪਾਉਂਦੇ ਰਹੇ ਉਹਨਾਂ 'ਚ ਕੋਈ ਨਹੀਂ ਲੱਗੇ ਆਇਆ ਪੁਲਿਸ ਆਈ ਆ ਪੁਲਿਸ ਨੇ ਆ ਕੇ ਸਾਡੇ ਕੋਲ ਸਾਨੂੰ ਫੜ ਕੇ ਲੈ ਗਏ ਨਾਲੇ ਟਰੈਕਟਰ ਫੜ ਕੇ ਲੈ ਗਏ ਆ ਜਿੰਨਾ ਪਿੰਡ ਕਾਂਗਰਸੀਆਂ ਦਾ ਸਾਨੂੰ ਬਹੁਤ ਦਾਬੇ ਮਾਰੇ ਉਹਨਾਂ ਨੇ ਆ ਕੇ ਅਤੇ ਧਮਕੀਆਂ ਦਿੰਦੇ ਸੀ ਵੀ ਤੁਸੀਂ ਚਲੇ ਜਾਓ ਇੱਥੋਂ ਤੁਸੀਂ ਆਪਣਾ ਜਿੰਦਰਾ ਕੁੰਡਾ ਮਾਰੋ ਅਤੇ ਨਿਕਲ ਜਾਓ ਆਪਣਾ ਸਮਾਨ ਚੱਕੋ ਅਤੇ ਚੱਲ ਜਾਓ ਡੰਗਰ ਖੋਲ੍ਹ ਦਿੱਤੇ ਉਹਨਾਂ ਨੇ ਸਾਡੇ ਪੱਠੇ ਉਹਨਾਂ ਨੇ ਵਾਹਤੇ ਜੋ ਜੋ ਉਹਨਾਂ ਦਾ ਸਮਾਨ ਸਾਡਾ ਹੱਥ ਲੱਗਾ ਉਹ ਵੀ ਲੈ ਗਏ। ਮਾਮਲੇ ਵਿੱਚ ਸ਼ੱਕ ਦੇ ਘੇਰੇ ਵਿੱਚ ਪੁਲਿਸ ਦੀ ਭੂਮਿਕਾ ਵੀ ਹੈ ਪਰਿਵਾਰ ਦਾ ਇਲਜ਼ਾਮ ਹੈ ਕਿ ਇੱਕ ਝੂਠੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਪਹਿਲਾਂ ਪੁਲਿਸ ਦੇ ਘਰ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਫਿਰ ਇਸ ਕਬਜ਼ੇ ਦੀ ਕਾਰਵਾਈ ਨੂੰ ਅੰਜਾਮ ਦੇਣ ਵਿੱਚ ਫੁੱਲ ਸਪੋਰਟ ਕੀਤੀ। ਵੀਡੀਓ ਵਿੱਚ ਗੁੰਡੇ ਚੈਲੰਜ ਕਰ ਰਹੇ ਨੇ कब्जे किए जाने के तरीके दस रहे हैं पर पुलिस अणजाण बनी हुई है। जो मेरे को शिकायत आई दोनों पार्टियां बुलाया जिन्हों के नाते हो दसते हैं भी गुरदौरिया वा वो पार्टी मेरे को आगे पेश नहीं हो रही अपना पक्ष नहीं दस रही जो कानून के अनुसार बनी है वो कार्रवाई की जाएगी जो गलत होगा कानूनी तौर पर खिलाफ कार्रवाई होगी। माल मंत्री सुख सरकारिया इल्जाम तो इनकार कर रहे हैं उधर विरोधी पार्टियां इस सरकारी धक्केशाही ਅਤੇ ਸੂਬੇ ਵਿੱਚ ਫੇਲ ਹੁੰਦੀ ਕਾਨੂੰਨ ਵਿਵਸਥਾ ਦੀ ਇੱਕ ਹੋਰ ਮਿਸਾਲ ਕਰਾਰ ਦੇ ਰਹੀਆਂ ਨੇ। ਸੁੱਖ ਸਰਕਾਰੀਆ ਜਿੰਦਾਬਾਦ ਜਿੰਦਾਬਾਦ ਤੇ ਸਾਰੀ ਦੁਨੀਆ ਸੁੱਖ ਸਰਕਾਰੀਆ ਕਰਦੀ ਹੈ ਜਿਵੇਂ ਜਿਹੜੇ ਮੇਰੇ ਸਪੋਰਟਰ ਉਹਨਾਂ ਕਰਨਾ ਹੀ ਆ ਪਰ ਉੱਥੇ ਮੈਂ ਜਾ ਕੇ ਕਬਜ਼ੇ ਥੋੜਾ ਕਰਾਉਂਦਾ ਫਿਰਦਾ। ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਮੁੱਛਾਂ ਨੂੰ ਵੱਟ ਦੇ ਕੇ ਉਹ ਕਹਿ ਰਹੇ ਕਿ ਇਹ ਹੈ ਕਾਂਗਰਸ ਦੀ ਸਰਕਾਰ ਅਤੇ ਕਿਸੇ ਜ਼ਿਮੀਂਦਾਰ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਉੱਥੇ ਟਰੈਕਟਰ ਵਾਹੇ ਜਾ ਰਹੇ। ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇਸ ਪਰਪਜ਼ ਵਾਸਤੇ ਲੋਕਾਂ ਨੇ ਜਿਹੜੀ ਹੈ ਸਰਕਾਰ ਬਣਾਈ ਸੀ ਕਿ ਅੱਜ ਜ਼ਮੀਨਾਂ 'ਤੇ ਕਬਜ਼ੇ ਹੋ ਰਹੇ ਆ ਮੁੱਛ ਨੂੰ ਵੱਟ ਦੇ ਕੇ ਸਰਪੰਚ ਕਹਿ ਰਿਹਾ ਕਿ ਇਹ ਹੈ ਕਾਂਗਰਸ ਦੀ ਸਰਕਾਰ। ਉਦੋਂ ਜਿਹੜਾ ਕਹਿੰਦੇ ਸੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਇਹ ਸਰਕਾਰ ਨਹੀਂ ਸੀ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਦੀ। ਕਦੇ ਗੁਰੂ ਹਰ ਸਾਹਿਬ ਕਦੇ ਫਿਰੋਜ਼ਪੁਰ ਅਤੇ ਕਦੇ ਰਾਜਾ ਸਾਂਸੀ ਇੱਕ ਤੋਂ ਬਾਅਦ ਇੱਕ ਹੋ ਰਹੀ ਧੱਕੇਸ਼ਾਹੀ ਦੀਆਂ ਘਟਨਾਵਾਂ ਸਵਾਲ ਚੁੱਕ ਰਹੀਆਂ ਨੇ ਕਿ ਕਿਉਂ ਕਾਰਵਾਈ ਤਾਂ ਦੂਰ ਸਾਫ਼ ਸੁਥਰੇ ਪ੍ਰਸ਼ਾਸਨ ਦਾ ਦਮ ਭਰਨ ਵਾਲੇ ਸੱਤਾ ਨਸ਼ੀ ਸਫ਼ੇਦ ਪੋਸ਼ਾਂ ਦੀ ਜ਼ੁਬਾਨ ਤੇ ਅਜੇ ਤੱਕ ਤਾਲੇ ਲੱਗੇ ਹੋਏ ਨੇ। ਵਰਿੰਦਰ ਸਿੰਘ, PTC ਨਿਊਜ਼, ਅਜਨਾਲਾ।